ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਤਿਉਹਾਰਾਂ ਦੇ ਮੱਦੇਨਜ਼ਰ ਜਿਵੇਂ ਬਾਜ਼ਾਰ ਦੇ ਵਿੱਚ ਰਸ਼ ਹੈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਕਾਇਮ ਰਹੇ ਗੁੰਡਾ ਅਨਸਰ ਜਿਹੜੇ ਹੈ ਉਹਨਾਂ ਨੂੰ ਇਲਾਕੇ ਚੋਂ ਭਜਾਇਆ ਜਾ ਸਕੇ ਤਾਂ ਕਿ ਜਿਹੜਾ ਆਮ ਸ਼ਹਿਰੀ ਬੰਦਾ ਆਮ ਨਾਗਰਿਕ ਆ ਆਪਣਾ ਬੇਖੌਫ ਹੋ ਕੇ ਤਿਉਹਾਰਾਂ ਦਾ ਆਨੰਦ ਮਾਣ ਸਕੇ ਤੇ ਅਮਨ ਸ਼ਾਂਤੀ ਬਹਾਲ ਰਹੇ। ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਤਿਉਹਾਰਾਂ ਦੇ ਮੱਦੇਨਜ਼ਰ ਜਿਵੇਂ ਬਾਜ਼ਾਰ ਦੇ ਵਿੱਚ ਰਸ਼ ਹੈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਕਾਇਮ ਰਹੇ ਗੁੰਡਾ ਅਨਸਰ ਜਿਹੜੇ ਹੈ ਉਹਨਾਂ ਨੂੰ ਇਲਾਕੇ ਚੋਂ ਭਜਾਇਆ ਜਾ ਸਕੇ ਤਾਂ ਕਿ ਜਿਹੜਾ ਆਮ ਸ਼ਹਿਰੀ ਬੰਦਾ ਆਮ ਨਾਗਰਿਕ ਆ ਆਪਣਾ ਬੇਖੌਫ ਹੋ ਕੇ ਤਿਉਹਾਰਾਂ ਦਾ ਆਨੰਦ ਮਾਣ ਸਕੇ ਤੇ ਅਮਨ ਸ਼ਾਂਤੀ ਬਹਾਲ ਰਹੇ। ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਤਿਉਹਾਰਾਂ ਦੇ ਮੱਦੇਨਜ਼ਰ ਜਿਵੇਂ ਬਾਜ਼ਾਰ ਦੇ ਵਿੱਚ ਰਸ਼ ਹੈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਕਾਇਮ ਰਹੇ ਗੁੰਡਾ ਅਨਸਰ ਜਿਹੜੇ ਹੈ ਉਹਨਾਂ ਨੂੰ ਇਲਾਕੇ ਚੋਂ ਭਜਾਇਆ ਜਾ ਸਕੇ ਤਾਂ ਕਿ ਜਿਹੜਾ ਆਮ ਸ਼ਹਿਰੀ ਬੰਦਾ ਆਮ ਨਾਗਰਿਕ ਆ ਆਪਣਾ ਬੇਖੌਫ ਹੋ ਕੇ ਤਿਉਹਾਰਾਂ ਦਾ ਆਨੰਦ ਮਾਣ ਸਕੇ ਤੇ ਅਮਨ ਸ਼ਾਂਤੀ ਬਹਾਲ ਰਹੇ। ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਤਿਉਹਾਰਾਂ ਦੇ ਮੱਦੇਨਜ਼ਰ ਜਿਵੇਂ ਬਾਜ਼ਾਰ ਦੇ ਵਿੱਚ ਰਸ਼ ਹੈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਕਾਇਮ ਰਹੇ ਗੁੰਡਾ ਅਨਸਰ ਜਿਹੜੇ ਹੈ ਉਹਨਾਂ ਨੂੰ ਇਲਾਕੇ ਚੋਂ ਭਜਾਇਆ ਜਾ ਸਕੇ ਤਾਂ ਕਿ ਜਿਹੜਾ ਆਮ ਸ਼ਹਿਰੀ ਬੰਦਾ ਆਮ ਨਾਗਰਿਕ ਆ ਆਪਣਾ ਬੇਖੌਫ ਹੋ ਕੇ ਤਿਉਹਾਰਾਂ ਦਾ ਆਨੰਦ ਮਾਣ ਸਕੇ ਤੇ ਅਮਨ ਸ਼ਾਂਤੀ ਬਹਾਲ ਰਹੇ। ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਤਿਉਹਾਰਾਂ ਦੇ ਮੱਦੇਨਜ਼ਰ ਜਿਵੇਂ ਬਾਜ਼ਾਰ ਦੇ ਵਿੱਚ ਰਸ਼ ਹੈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਕਾਇਮ ਰਹੇ ਗੁੰਡਾ ਅਨਸਰ ਜਿਹੜੇ ਹੈ ਉਹਨਾਂ ਨੂੰ ਇਲਾਕੇ ਚੋਂ ਭਜਾਇਆ ਜਾ ਸਕੇ ਤਾਂ ਕਿ ਜਿਹੜਾ ਆਮ ਸ਼ਹਿਰੀ ਬੰਦਾ ਆਮ ਨਾਗਰਿਕ ਆ ਆਪਣਾ ਬੇਖੌਫ ਹੋ ਕੇ ਤਿਉਹਾਰਾਂ ਦਾ ਆਨੰਦ ਮਾਣ ਸਕੇ ਤੇ ਅਮਨ ਸ਼ਾਂਤੀ ਬਹਾਲ ਰਹੇ। ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਤਿਉਹਾਰਾਂ ਦੇ ਮੱਦੇਨਜ਼ਰ ਜਿਵੇਂ ਬਾਜ਼ਾਰ ਦੇ ਵਿੱਚ ਰਸ਼ ਹੈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਸੁਰੱਖਿਆ ਦੀ ਭਾਵਨਾ ਕਾਇਮ ਰਹੇ ਗੁੰਡਾ ਅਨਸਰ ਜਿਹੜੇ ਹੈ ਉਹਨਾਂ ਨੂੰ ਇਲਾਕੇ ਚੋਂ ਭਜਾਇਆ ਜਾ ਸਕੇ ਤਾਂ ਕਿ ਜਿਹੜਾ ਆਮ ਸ਼ਹਿਰੀ ਬੰਦਾ ਆਮ ਨਾਗਰਿਕ ਆ ਆਪਣਾ ਬੇਖੌਫ ਹੋ ਕੇ ਤਿਉਹਾਰਾਂ ਦਾ ਆਨੰਦ ਮਾਣ ਸਕੇ ਤੇ ਅਮਨ ਸ਼ਾਂਤੀ ਬਹਾਲ ਰਹੇ।